ਅਸਲਾਮ ਵਾਲੇਕਮ ਮੇਰੇ ਵੀਰੋ ਭਰਾਵੋ ਕੀ ਹਾਲ ਚਾਲ ਹੈ ਠੀਕ ਹੋ ਹੋਸ਼ ਹੋ ਨਾ ਤੁਹਾਡਾ ਭਰਾਇਆ ਭੋਲਾ ਗੱਲਾਂ ਮੇਰੀ ਕੋੜੀਆਂ ਹੁੰਦੇ ਲੈ ਕੇ ਸੱਚੀਆਂ ਹੁੰਦੀਆਂ ਨੇ ਜਿਹੜੀ ਮੈਂ ਗੱਲ ਕੀਤੀ ਨਾ ਖਵਾਨ ਬਿਜ਼ਨਸ ਦੇ ਬਾਰੇ ਦੀ ਕਿਆ ਮੈਂ ਗੱਲ ਸਹੀ ਕੀਤੀ ਸੀ ਮੇਰੇ ਦੋਸਤ ਕਿਰੇ ਕਿਰੇ ਮੇਰੀ ਗੱਲ ਦੇ ਵਿੱਚ رائے ਰੱਖਦੇ ਨੇ ਕਿ ਭੋਲਾਡ ਕਾਰ ਸਹੀ ਗੱਲ ਕਰ ਰਿਹਾ ਖੁਦਾ ਦਾ ਵਾਤਾ ਨੇ ਆਪਣੇ ਮਹੱਲੇ ਦੇ ਗਰੀਬ ਮਹੱਲੇ ਦੇ ਆਪਣੇ ਮਹੱਲੇ ਦੇ ਜਿਹੜੇ ਮਸਜਿਦਾਂ ਦੇ ਜਿਹੜੇ ਮੌਲਵੀ ਹੁੰਦੇ ਨਾ ਅੱਲਾ ਪਾਰ ਦੀ ਕਸਮੇ ਉਹਨਾਂ ਨੂੰ ਤੁਸੀਂ ਖਤਮ ਦਰੂਦ ਤੇ ਬੁਲਾਇਆ ਕਰੋ ਉਹਨਾਂ ਤੁਸੀਂ ਬੱਚਾਂ ਕੋਲ ਸਪਾਲਾ ਪੜਾਉਂਦੇ ਹੋ ਉਹਨਾਂ ਰੱਖੇ ਉਹਨਾਂ ਰੱਖ ਨਾਲ ਛਿਰੋ ਠੀਕ ਹੈ ਇਹ ਵੀ ਅੱਲਾਹ ਤਾਲਾ ਤੇ ਹਿਸਾਬ ਦੇਣਾ ਮੈਂ ਤੁਹਾਨੂੰ ਸਹੀ ਕਹਿ ਰਿਹਾ ਮੌਲਵੀ ਨੇ ਕੱਪੜੇ ਮਾੜੇ ਪਾਏ ਨਮਾਜ਼ੀਆਂ ਦੇ ਕੱਪੜੇ ਛੇ ਪਾਏ ਹੁੰਦੇ ਨੇ ਖੁਦਾ ਦਾ ਵਾਸਾ ਦੇ ਉਹਨੂੰ ਆਪਣੇ ਮਾਪਿਆਂ ਦੇ ਸਿਰ ਸਤਕਾ ਕਰਕੇ ਉਹਨੂੰ ਚੰਗੇ ਕੱਪੜੇ ਪਾਓ ਚੰਗੀ ਜੁੱਤੀ ਪਾਓ ਵੇਖਿਓ ਅੱਲਾਹ ਤਾਲਾ ਤੁਹਾਡੇ ਮਹੱਲੇ 'ਚ ਕੀ ਤੁਹਾਡੇ ਘਰ 'ਚ ਰਹਿਮਤ ਆ ਫੜੇਗਾ ਤੁਹਾਡੀ ਗਲੀ 'ਚ ਕੋਈ ਮਸਮਸਾਇਲ ਹੋਏਗਾ ਸੱਚੇ ਮੁਸਲਮਾਨਾਂ ਦੀ ਨਿਸ਼ਾਨੀ ਬਣੇਗੀ ਤੇ ਮੇਰੀ ਦੁਆਏ ਅੱਲਾਹ ਤਾਲਾ ਮੇਰੇ ਭਰਾ ਜਿਹੜੀ ਮੈਂ ਮਹਰ ਸ਼ੈਤਾਨਾ ਦੀ ਇਹਨਾਂ ਨੇ ਇੱਕ ਟ੍ਰੈਂਡ ਬਣਾ ਲਿਆ ਉਹ ਕੰਜਰ ਨਹੀਂ ਨੱਚਦੇ ਜਿ ਕੋ ਕੰਜਰ ਐਂ ਜੇ ਨੱਚ ਕੇ ਕਰਦੇ ਨੇ ਡਾਬ ਵਚਾਂ ਦਾ ਕੀ ਆਕੇ ਇਹਨਾਂ ਦਾ ਕਿੰਨੇ ਕਿਹਾ ਸਲਾਮ ਨੂੰ ਵੇਚੋ ਇਹ ਸਲਾਮ ਨੂੰ ਵੇਚੇ ਜੋ ਕਾਰੀ ਸ਼ਾਇਦ ਨੂੰ ਕਹੋ ਤੂੰ ਮੁਫਤ ਆ ਜਾ ਮੈਂ ਨਿਵੇਧ ਹਵੈ ਕ ਸ਼ਬਾਜ਼ ਕਮਰੀ ਫਰੀਦ ਨੂੰ ਇਹਨਾਂ ਨੂੰ ਸਿਰਫ ਗੱਡੀ ਦਾ ਕਰਾਇਆ ਪੈਟਰੋਲ ਦਾ ਕਰਾਇਆ ਦਿਓ ਗੱਡੀ ਦਾ ਕਰਾਇਆ ਦਿਓ 10-15 ਹਜ਼ਾਰ ਇਹਨਾਂ ਦੀ ਔਕਾਤ ਹੈ ਠੀਕ ਹੈ ਸ਼ਬਾਜ਼ ਕਮਰੀ ਸ਼ਬਾ ਕਮਮ ਫਰੀਦੀ ਅਬੈਸਰ ਦਾ ਕਾਦਰੀ ਅਮਰ ਦਾ ਕਾਦਰੀ ਜਿੰਨੂੰ ਘਰੋਂ ਖਾਣ ਨਹੀਂ ਲੱਗਦਾ ਉਹ ਕਾਦਰੀ ਬਣ ਜਾਂਦਾ ਹੈ ਹੈ ਸ਼ਬਾਹ ਕਮ ਫਰੀਦੀ ਉਥੇ ਨਾਂ ਲਾ ਲੰਦੇ ਨੇ ਅੱਗੇ ਫਰੀਦ ਕੌਮ ਬਾਬਾ ਫਰੀਦ ਕਿੱਥੇ ਬੈਠਿਆ ਹੈ ਕੋਈ ਫਰੀਦ ਬਣ ਗਿਆ ਸ਼ਾਹ ਕਾਦਰੀ ਹੈ ਪਿਓ ਤੇਰਾ ਪਕੋੜੇ ਲਾਂਦਾ ਤੂੰ ਸ਼ਾਹ ਅਮਰ ਦਾ ਕਾਦਰੀ ਬਣਿਆ ਆਪਣੀ ਔਕਾਤ ਵੇਖੋ ਤੁਹਾਡੀ ਔਕਾਤ ਕੀ ਹੈ ਦੋ ਟੱਗਦੇ ਤੁਸੀਂ ਲੋਕ ਸੌ ਤੁਹਾਨੂੰ ਅਸੀਂ ਲੋਕਾਂ ਨੇ ਸਿਰ ਤੇ ਚੜਾ ਹਰੇ ਤੁਹਾਡੀ ਮੁੱਲ ਲਾ ਹਰੇ ਮੈਂ तमाम ਦੋਸਤਾਂ ਕਾ ਨਾਮ ਮਦਿੱਸੀ ਦੇ ਬੱਚਿਆਂ ਨੂੰ ਸਪਾਲਾ ਪੜਾਓ ਰੱਬ ਦੀ ਰਹਿਮਤ ਤੁਹਾਡੇ ਘਰ ਹੋ ਜਾਣੀ ਹੈ ਮੈਂ ਵਾਦਾ ਕਰਨਾ ਅੱਲਾਹ ਤਾਲਾ ਦੀ ਰਹਿਮਤ ਤੁਹਾਡੇ ਘਰ ਹੋ ਜੇ ਕਿ ਆਪਣੇ ਮਾਂ ਪਿਓ ਦਾ ਸੇਵਾ ਸਤਕਾਰ ਜਿਹੜਾ ਨਾ ਮਦਿੱਸੀਆਂ ਨੂੰ ਦਿਆ ਕਰੋ ਮਸਜਿਦ ਜਿਹੇ ਮੋਰਦੀ ਮਾਰਾ ਉਹਨੂੰ ਦਿਓ ਵੇਖਿਓ ਅੱਲਾਹ ਰਾਜ਼ੀ ਕਿੰਨਾ ਹੁੰਦਾ ਇਹ ਝੂਠੇ ਫਰਾਡੀਆਂ ਨਾ ਖਾਣ ਬੁਲਾਣਾ ਛੱਡ ਦਿਓ ਮੈਂ ਤੁਹਾਨੂੰ ਸੱਚੀ ਗੱਲ ਕਹ ਰਿਹਾ ਮੇਰੇ ਵੀਰੋ ਅੱਲਾਹ ਤਾਲਾ ਤੁਹਾਡੇ ਤੇ ਰਾਜ਼ੀ ਹੋਏਗਾ ਇਹ ਫਰਾਡੀਆਂ ਨਾ ਖਾਣ ਬੁਲਾਣਾ ਛੱਡ ਦਿਓ ਮੱਲੇ ਦੇ ਗਰੀਬ ਮੋਲਬੀਨ ਬਲਾਓ ਸਫੈਦ ਪੋਸ਼ ਮੋਲਬੀਨ ਬਲਾਓ ਵੇਖਿਓ ਰੱਬ ਦੀ ਰਹਿਮਤ ਤੁਹਾਡੀ ਮਾਂ ਪਿਓ ਦੀ ਕਬਰ ਤੇ ਜਾ ਕੇ ਵੇਖਿਓ ਸਪਾਲਾ ਪੜੇਗਾ ਤੁਹਾਡੀ ਰੂਹ ਰਾਜ਼ੀ ਹੋ ਜੇਗੀ ਤੁਹਾਡੇ ਮਾਂ ਪਿਓ ਖੁਸ਼ ਹੋ ਜਾਣਗੇ ਮੈਂ ਵਾਅਦਾ ਕਰਨਾ ਇਹਨਾਂ ਨੂੰ ਕਹਵਾ ਹਾਂ ਕਿ ਬਾਹਰ ਅੱਜ ਜਲਸਾ ਹੋ ਰਿਹਾ ਲਬਾ ਯਾ ਰਸੂਲ ਅੱਲਾਹ ਦਾ ਜਲਸਾ ਹੋ ਰਿਹਾ ਕਾਲੀ ਸ਼ਾਹ ਸਾਹਿਬ ਜਾਂ ਸ਼ਬਾਜ਼ ਕਮਰ ਫਰੀਜ਼ੀ ਸਾਹਿਬ ਵੈਸਲਾ ਦਾ ਕਾਜ਼ੀ ਸਾਹਿਬ ਅਮਰ ਦਾ ਕਾਜ਼ੀ ਸਾਹਿਬ ਇਹ ਝੂਠੇ ਮੂਠੇ ਜਿਹੜੇ ਕਾਜ਼ਰੀ ਮਾਜ਼ਰੀ ਹੋ ਰਹੀਆਂ ਨੇ ਆਓ ਹੰਦਰਾ ਭਾੜੀ ਇੱਥੇ ਦਾ ਜਲਸਾ ਹੋ ਰਿਹਾ ਲੱਗ ਬੈਗ ਯਾਰੋ ਸੁਣਿਦਾ ਨਾਲ ਹੀ ਲਾਣੇ ਨੇ ਮਰ ਜਾਣਗੇ ਪੈਸੇ 200 ਪੈਸੇ ਪੈਸੇ ਦੇ ਉਹ ਤੇ ਬਾਂਦਰਾ ਨਚਾ ਲੋ ਉਹ ਕਿਹੜਾ ਮਜ਼ਬ ਕਿਹੜਾ ਸਲਾਮ ਤੁਹਾਨੂੰ ਕਹਿੰਦਾ ਪੈਸੇ ਦੇ ਉਹਦੇ ਟਪੋਸ਼ੀਆਂ ਮਾਰੋ ਲੋਕ ਕੋਠੇ ਤੇ ਕੰਜਰੀਆਂ ਉਹਦੇ ਪੈਸੇ ਛੱਡਦੇ ਨੇ ਤੇ ਕੰਜਰੀਆਂ ਨੱਚਦੀਆਂ ਨੇ ਇਹਨਾਂ ਨੂੰ ਪੈਸੇ ਸਟੋ ਨਚਾ ਲੋ ਭਾਂ ਜੋ ਇੱਕ ਲਫਨ ਵਾਲੇ ਲੰਬਾ ਲਵ ਖਿਚ ਲਾਂਗੇ ਜੇ ਕਹਿੰਦੇ ਮੈਂ ਬਕਾਨਾ ਸੱਚੇ ਮੋਮਨ ਹੀ ਆਣੇ ਦੰਦੇ ਨਾਲ ਇਨਸਾਫ ਨਹੀਂ ਕੀਤੇ ਤੇ ਦਸ਼ਾ ਪਾ ਗਏ ਇਹ ਪੰਜ ਪੂਰਾ ਦਿਖਾਵਾ ਕਰਕੇ ਨਾ ਪੜਨ ਜਾਂਦੇ ਜਿਕਰ ਪੜਨੀ ਬੇਬਲ ਸੱਚੇ ਆਸ਼ਕਾਨੇ ਰਸੂਲ ਨੇ ਇਹ ਪੈਸੇ ਦੇ ਪੁੱਤਾਂ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਏ तमाम ਦੋਸਾਂ ਭਰਾਉਣ ਮੈਂ ਇੱਕ ਗੱਲ ਕਰਾਂਗਾ ਇਹਨਾਂ ਲੋਕਾਂ ਨੂੰ ਨਾ ਬੁਲਾਓ ਕਿਸੇ ਯਾਰ ਦੋਸਾਂ ਮਾਪੇ ਫੋਟ ਹੋ ਜਾ ਸਾਲ ਸਵਾ ਪਾਸੇ ਮਸਜਿਦ ਦੇ ਮੋੜ ਵੀ ਬੁਲਾ ਲਓ ਮੈਂ ਤੇ ਕਸਮ ਕਰਾਂ ਦੀਆਂ ਜੁੱਤੀਆਂ ਨਾ ਮਾਰਾਂ ਇਹ ਫਰਾੜੀਏ ਦੇ ਮੈਂ ਇੱਕ ਦਫਾ ਜ਼ਿੰਦਾ ਮਿਸਾਲ ਮੈਂ ਅਹਿਮਦ ਅਜ਼ਾ ਕਾਦਰੀ ਨੂੰ ਆਪਣੇ ਘਰ ਬੁਲਾਇਆ ਤੇ ਬੂਆ ਦਾ ਬੂਆ ਖੋਲ ਕੇ ਨਾ ਬਾਹਰ ਬੈਠਕ ਦਾ ਬੂਆ ਖੋਲ ਕੇ ਸਾਰੇ ਬੂਏ ਖੋਲ ਕੇ ਏਸੀ ਲਾਇਆ ਏਸੀ ਲਾਇਆ ਤੇ ਕੀ ਕਹਿੰਦਾ ਮੈਂ 500 ਕਿਸਮ ਦੇ ਖਾਣੇ ਪਕਾਇਆ ਰੋਸ ਮੋਸ ਚੰਪਾ ਮੰਪਾ ਦੁਨੀਆ ਦੇ ਆਜੀ ਕਹਿੰਦਾ ਮੈਨੇ ਖਾਣਾ ਬਾਹਰ ਖਾਣਾ ਵਾਹ ਵਾਹ ਖਾਣਾ ਬਾਹਰ ਖਾਣਾ ਹੈ ਫੁੱਦੀ ਦਾ ਤੇਰੇ ਘਰ ਦਾ ਮੀਟਰ ਕੱਟ ਕਰਦੇ ਤੂੰ ਕਹਿੰਦਾ ਮੈਂ ਖਾਣਾ ਬਾਹਰ ਖਾਣਾ ਇਹ ਅਹਿਮਦ ਅਜ਼ਾ ਕਾਜ਼ੀ ਕਹਿੰਦਾ ਜੀ ਇਹ ਫਰਾਡੀਆਂ ਨੇ ਝੂਠੇ ਜੇ ਲੋਕ ਨੇ ਇਹਨਾਂ ਨੂੰ ਕਾਰੋਬਾਰ ਬਣਾ ਲਿਆ ਉਹ ਸੂਫੀ ਫੈਸਲਾਬਾਦ ਦਾ ਜਿਹੜਾ ਡਬ ਚਾਂਦਾ ਨੇ ਇਹ ਅੱਲਾਹ ਤਾਲਾ ਦੇ ਨਾਮ ਵੇਚਦੇ ਨੇ ਤਮਾਮ ਦੋਸਤਾਂ ਭਰਾਵਾਂ ਮੇਰੇ ਕੋਲ ਗੱਲ ਕਰਾਂਗਾ ਆਪਣੇ ਮਹੱਲੇ ਦੇ ਸਫੈਦ ਬੋਸ਼ ਮੋਲਵੀ ਨੂੰ ਕਾਰੀ ਨੂੰ ਪ੍ਰਮੋਟ ਕਰੋ ਬੱਚੇ ਪੜਾਓ ਤੁਹਾਡੇ ਮਾਪਿਓ ਸੇ ਜਨਮਨ ਦੁਆ ਕਰੇਗਾ ਜਨਮਨ ਇਹ ਲੋਕ ਨਹੀਂ ਕਰ ਲਗੇ ਇਹ ਤੁਹਾਡੇ ਮਾਪਿਓ ਦੇ ਨਾਂ ਨੂੰ ਤੁਹਾਡੇ ਘਰ ਲੰਗਰ ਖਾਣ ਆਂਦੇ ਨੇ ਪੁੱਛਦੇ ਨੇ ਕੀ ਖਾਦਾ ਕੀ ਪੀਤਾ ਰਿਹਾ ਉਹ ਲੋਕ ਨੇ ਫਰਾਡੀਆ ਜੇ ਲੋਕ ਨੇ ਇਹਨਾਂ ਤੋਂ ਬਚੋ ਇਹਨਾਂ ਦਾ ਬਾਈਕਾਟ ਕੀਤਾ ਜਾਏ ਤੇ ਮੇਰੀਆਂ ਗੱਲਾਂ ਬੜੀਆਂ ਕੋੜੀਆਂ ਲੱਗਦੀਆਂ ਕਿਸੇ ਦੀ ਭੈਣ ਹੋ ਜੀ ਨਿਕਲ ਜਾਂਦੀ ਨੇ ਮੇਰੀ ਗੱਲਾਂ ਸੁਣ ਕੇ ਲੇਕਿਨ ਗੱਲਾਂ ਮੈਂ ਕੋੜੀਆਂ ਕਰਨਾ ਠੀਕ ਕਰਨਾ ਇਹਨਾਂ ਦਾ ਬਾਈਕਾਟ ਕਰੋ ਇਨਾ ਦਾ ਬਾਈਕਾਰਡ ਕਰੋ ਮੇਰੇ ਭਰਾਵੋ ਮੇਰੇ ਲਭਰੋ ਮਾੜੇ ਮਾੜੇ ਬੰਦਿਆਂ ਨੂੰ ਪ੍ਰਮੋਟ ਕਰੋ ਜਿਹੜੇ ਬੱਚੇ ਨਵੇਂ ਨਵੇਂ ਨਾਥਾਂ ਆਲੇ ਨੇ ਉਹਨਾਂ ਨੂੰ ਪ੍ਰਮੋਟ ਕਰੋ ਇਹ ਭੈਣ ਦੋਖਾ ਕਰਾਇਆ ਮੰਗਦੇ ਨੇ ਕਹਿੰਦੇ ਸ਼ਿਓਂਗ ਸਟੇਜ ਸਾਡਾ ਆਏਗਾ ਆਪਣਾ ਸਟੇਜ ਬਣਾ ਲਿਆ ਆਪਣਾ ਸਾਊਂਡ ਬਣਾ ਲਿਆ ਕਹਿੰਦੇ ਸਾਊਂਡ ਵੀ ਸਾਡਾ ਚੱਲੇ ਵਾਹ 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 ਮੇਰੇ ਮੋਲਾ ਨਾ ਤਾਂ ਵੀ ਪਰਦੇ ਤੇ ਗਾਣੇ ਵੀ ਆਏ ਲੋਕ ਗਾਉਂਦੇ ਨੇ ਹੈ ਮੇਰੇ ਰਬਾ ਇਹਨਾਂ ਨੂੰ ਫਨਾਹ ਕਰ ਦੇ ਇਹ ਦੀਨ ਸਲਾਮ ਨੂੰ ਵੇਚਦੇ ਨੇ માળા બંદા મૌલવી અગે લાવો વેખ્યો તાનુ અલ્લાહ દી ગલ્લા સહી સનાએગા એના નુ માન દી સિફતા નહી આંદિયા એના નુ નમાદા જનાદા નહી આંદા જાઓ મેરા ચેલેન્જ કરી શાય નુ કિસે મજમે જો બલાકે પૂછ્યો માન દી સિફતા આંદિયા ની મે નિમેસા બેહ જાંગા એ તવાડે ભરા દે સામને નહી આ સકદે મે જીંદા મસાલા લા ઇલા ઇલ્લાહ મુહમ્મદુર રસૂલલ્લાહ શબાઝ કમફરીદી મનુ મહિય નવી જો મિલા મે આદુ આમ શાપર સા ઓદ મે મશૂર નહી સા ਸ਼ਬਾਜ਼ ਕਮਫਰੀਦੀ ਮਸ਼ਾ ਅੱਲ ਨਵੀ ਮੈਨੂੰ ਮਿਲਿਆ ਮੈਂ ਨਮਾਜ਼ ਪਾੜਣਾ ਮਗੜੇ ਨਵਾਬ ਅਲਸਲਾਮ ਪੇਰ ਕੇ ਬਾਹਰ ਆਇਆ ਤੇ ਮੈਂ ਸ਼ਬਾਜ਼ ਕਮਫਰੀਦੀ ਨੂੰ ਸਲਾਮ ਲੈਂਦੀ ਕੋਸ਼ਿਸ਼ ਕੀਤੀ ਮਨੂਆ ਨੇ ਐਟੀਟਿਊਡ ਵਹਾਇਆ ਐਨੇ ਮੈਨੂੰ ਆਪਣਾ ਨੰਬਰ ਵੀ ਦਿੱਤਾ ਐ ਨੂੰ ਮੈਂ ਕਹਾਂ ਕਿਤੇ ਮੈਂ ਤਾਰਫੀ ਕਰਾਇ ਮੈਂ ਫਲਾਣਾ ਫਲਾਣਾ ਹਾਜੀਆ ਮੈਂ ਤੁਨੂੰ ਉਮਰੇ ਤੇ ਮਿਲਿਆ ਛਾਨ ਨੇ ਮਨੂੰ ਐਟੀਟਿਊਡ ਵਹਾਇਆ ਕਾਰੀ ਯਾ ਮਨੂੰ ਉਹ ਘਰੇ ਹੀ ਰਜੂ ਹੀ ਲੱਗਿਆ ਨਾ ਐਟੀਟਿਊਡ ਵਹਾਇਆ ਇਹ ਭੁਖੇ ਜੱਟ ਘਟੋੜਾ ਇਨੋਂ ਲਪੇ ਖਾਨ ਨੂੰ ਛਣਕਣਾ ਜਾਂਦਾ ਕਮਾਨ ਨੂੰ ਤਮਾਮ ਦੋਸਾਂ ਦੀ ਕੋਈ ਗੱਲ ਹੈ ਮਾੜੇ ਭਰਾਣ ਭਰਾਣ ਪ੍ਰਮੋਟ ਕਰੋ ਇਹਨਾਂ ਕੰਜਾਂ ਨੂੰ ਪਾਸ ਖਤਮ ਕਰ ਦਿਓ ਐਡਾ ਬਚਾਣ ਨੇ ਕੋਈ ਬੰਦਾ ਇਹਨਾਂ ਨੂੰ ਨਾ ਖਾਂਦ ਨਾ ਬੁਲਾਏ ਡਾਕ ਤੋਂ ਵਗਾਰ ਅੱਲਾਹ ਤਾਲਾ ਰਸੂਲ ਨੂੰ ਯਾਦ ਕਰੋ ਤੇ ਮੈਂ ਖੁਸ਼ ਹਾਂ ਨਹੀਂ ਤੇ ਮੈਂ ਤੁਹਾਡੀ ਕਬਰ ਕਢਦਾ ਰੰਗ ਰੰਗਾ ਯਾਦ ਰੱਖ ਲੋ ਤਮਾਮ ਭਰਾਵੋ ਸੁਣ ਲੋ ਇਹ ਜਿਹੜੇ ਸਾਡੇ ਤੁਹਾਡੇ ਭਰਾ ਚੌਧਰੀ ਬਹਾਂਦੇ ਨੇ ਮਾਲ ਮਾਲ ਓਏ ਪਹਿਲੇ ਪਿਓ ਦੀ ਕਬਰ ਪੱਕੀ ਕਰਾ ਲਓ ਫਿਰ ਲੋਕਾਂ ਨੂੰ ਮਾਲ ਲਟਾਓ ਉਹ ਚਲਿਓ ਘਰ ਦਾ ਤੁਹਾਡਾ ਗਵਾਂਡੀ ਭੁੱਖਾ ਮਰਦਾ ਪਿਆ ਉਹਦੀ ਧੀ ਬਿਮਾਰ ਏ ਉਹ ਪਾਇਆ ਬਿਮਾਰ ਏ ਉਹਨੇ ਰਾਤ ਦੀ ਰੋਟੀ ਨਹੀਂ ਖਾਦੀ ਤੇ ਤੁਸੀਂ ਇੱਥੇ ਨਾਮ ਨੋ ਲਟਾ ਰਹੇ ਹੋ ਐ ਦੱਸ ਰਹੇ ਹੋ ਮਾ ਚੌਧਰੀ ਆ ਮਾ ਫਲਾਣਾ ਮਾ ਢਮਕਾਣਾ ਮੈਂ ਆਪਣੀ ਅੰਮਾ ਦੇ ਨਾਮ ਤੇ ਪਹਿ ਲਟਾਏ ਨੇ ਅੰਮਾ ਨੂੰ ਪੈਸੇ ਨਹੀਂ ਚਾਹੀਦੇ ਅੰਮਾ ਨੂੰ ਸਕੂਨ ਚਾਹੀਦਾ ਮਨ ਦੁਆ ਚਾਹੀਦੀ ਏ ਅੰਮਾ ਨੇ ਜ਼ਾਰ-ਜ਼ਾਰੇ ਨੋੜ ਲੋਕਾਂ ਨੇ ਨਹੀਂ ਵੇਖਨੇ ਆਖਾ ਬਗਲਤ ਕੰਮ ਛੱਡ ਦਿਓ ਅੱਲਾਹ ਤਾਲਾ ਨੂੰ ਯਾਦ ਕਰੋ ਮੈਂ ਸਹੀ ਕਹਿ ਰਿਹਾ ਮੇਰੀਆਂ ਗੱਲਾਂ ਕੋੜੀਆਂ ਲੱਦੀਆਂ ਨੇ ਮੇਰੀਆਂ ਗੱਲਾਂ ਬੰਦੇ ਦੀ ਅਗਲਾ ਛੱਡਦੀਆਂ ਨੇ ਲੇਕਿਨ ਜਾਨਵਾਨ ਗੱਲਾਂ ਕਰਨਾ ਮੇਰੇ ਵੀਰੋ ਤਮਾਮ ਦੋਸਤੋ ਆਇੰਦ ਆਦਬ ਮੁਦਿੱਸੇ ਦੇ ਬੱਚਿਆਂ ਨੂੰ ਬੁਲਾਓ ਅਫਤਤਾ ਤੇ ਮਨਵਿਨਾ ਬੁਲਾਓ ਮਨਵਿਨਾ ਬੁਲਾਓ ਤਤਾ ਤੇ ਮਾੜੇ ਬੰਦੇ ਨੂੰ ਬੁਲਾ ਕੇ ਉਹਨਾਂ ਨਿਕਨ ਕੇ ਬੱਚਿਆਂ ਦੇ ਹੱਥੇ ਕੋਈ ਕੁਝ ਹੀ ਕਰੋ ਮਾਂ ਪਿਓ ਦੇ ਅਥਾਂ ਦਾ ਅਫਤਤਾ ਕਰੋ ਮਾੜੇ ਮਾੜੇ ਬੱਚਿਆਂ ਨੂੰ ਲਿਆਓ ਅੱਲਾ ਵਹੀਓ ਕਿਨਾ ਰਾਜ਼ੀ ਹੁੰਦਾ ਥੱਤਿਆ ਯਾਰ ਰਸੂਲ ਅੱਲਾਵ ਯੂ ਵੀ ਲਵ ਯੂ